ਆ ਇੱਕ ਖੱਦਰ ਦਾ ਗੱਟਾ ਜੀ ਤੁਹਾਡੇ ਘਰ ਨੂੰ ਬਿਲਕੁਲ ਸਾਫ਼ ਸੁਥਰਾ ਰੱਖੂਗਾ ਤੁਹਾਡੇ ਘਰ ਦੇ ਅੰਦਰ ਇੱਕ ਵੀ ਰੇਤੇ ਦਾ ਕਿਣਕਾ ਵੀ ਨਹੀਂ ਤੁਹਾਨੂੰ ਮਿਲੇਗਾ ਬਿਲਕੁਲ ਸਾਫ਼ ਰਹੂਗਾ ਤੁਹਾਡਾ ਘਰ ਇੱਕ ਵਾਰੀ ਝਾੜੂ ਲਾਉਣ ਤੋਂ ਬਾਅਦ ਮੈਂ ਕਹਿੰਦਾ ਵੀ 6-6 ਮਹੀਨਿਆਂ ਤੱਕ ਤੁਹਾਡਾ ਘਰ ਬਿਲਕੁਲ ਸਾਫ਼ ਸੁਥਰਾ ਰਹੂਗਾ ਅਜਿਹਾ ਇੱਕ ਜਿਗਾਰਡ ਤਿਆਰ ਕਰਾਂਗੇ ਹਰੇਕ ਵਿਅਕਤੀ ਦੇ ਜਿਗਾਰਡ ਬਹੁਤ ਜ਼ਿਆਦਾ ਕੰਮ ਆਊਗਾ ਖੱਦਰ ਦੇ ਗੱਟੇ ਜੀ ਆਪਣੇ ਪਿੰਡਾਂ ਦੇ ਵਿੱਚ ਆਮ ਕਰਾਂ ਦੇ ਹਰੇਕ ਦੇ ਘਰੇ ਪਏ ਹੁੰਦੇ ਨੇ ਸ਼ਹਿਰਾਂ ਦੇ ਵਿੱਚ ਵੀ ਇਹ ਗੱਟੇ ਆਮ ਹੀ ਮਿਲ ਜਾਂਦੇ ਨੇ ਜੇ ਤੁਹਾਡੇ ਘਰੇ ਨਹੀਂ ਵੀ ਹੈਗਾ ਤਾਂ ਤੁਹਾਨੂੰ ਦੁਕਾਨ ਤੋਂ ਹੀ ਗੱਟਾ ਮਿਲ ਜੂਗਾ ਵੈਸੇ ਪੁਰਾਣ ਕਿਸੇ ਖਲ ਖੁੰਜੇ ਦੇ ਵਿੱਚ ਚੰਗੇ ਤਰੀਕੇ ਨਾਲ ਮਾੜਾ ਦੇ ਅੱਖਾਂ ਖੋਲ ਕੇ ਨਿਗਾਹ ਮਾਰ ਲਓ ਪਿਆ ਹੋਊਗਾ ਖੱਦਰ ਦਾ ਕੱਟਾ ਖੱਦਰ ਦੇ ਕੱਟੇ ਨੂੰ ਆਪਾਂ ਨੇ ਜੀ ਕੱਟ ਲੈਣਾ ਜਿਹੜੇ ਤਰੀਕੇ ਨਾਲ ਆਪਾਂ ਇਹਦੇ ਵਿੱਚ ਕੱਟ ਪਾਵਾਂਗੇ ਇਹਨੂੰ ਕੱਟਾਂਗੇ ਉਸੇ ਤਰੀਕੇ ਨਾਲ ਇਹਨੂੰ ਟੁਕੜਿਆਂ ਦੇ ਵਿੱਚ ਤੁਸੀਂ ਕੱਟ ਲੈਣਾ ਐਡਾ ਜਬਰਦਸਤ ਜਿਗਾਰਡ ਤਿਆਰ ਹੋਊਗਾ ਵੀ ਦੁਨੀਆ ਦੇ ਵਿੱਚ ਤੁਸੀਂ ਇਹ ਜਿਗਾਰਡ ਪਹਿਲਾ ਦੇਖੋਗੇ ਨਹੀਂ ਤਾਂ ਤੁਹਾਡੇ ਘਰ ਦੇ ਬਹੁਤ ਜ਼ਿਆਦੇ ਪੈਸੇ ਵੀ ਖਰਾਬ ਹੁੰਦੇ ਨੇ ਫੇਰ ਵੀ ਤੁਹਾਡਾ ਘਰ ਸਾਫ਼ ਸੁਥਰਾ ਨਹੀਂ ਰਹਿੰਦਾ ਜੀ ਇਸ ਤੋਂ ਬਾਅਦ ਜੀ ਇਹਦੇ ਵਿੱਚੋਂ ਆਪਾਂ ਤਾਗੇ ਕੱਟ ਲਾਂਗੇ ਠੀਕ ਹੈ ਜਿਹੜੇ ਆਪਾਂ ਨੇ ਆ ਕੱਟ ਲਾ ਲਏ ਇਹਦੇ ਛ ਤਾਂ ਲੰਗੇ ਸਾਰੇ ਬਾਹਰ ਤਾਗੇ ਕੱਢ ਕੇ ਇਸ ਤੋਂ ਬਾਅਦ ਆਪਾਂ ਪ੍ਰੋਸੈਸ ਸ਼ੁਰੂ ਕਰਾਂਗੇ ਅਗਲਾ ਜਿਹੜਾ ਆਪਾਂ ਇਹਦਾ ਜਿਗਾਰ ਤਿਆਰ ਕਰਨਾ ਉਹ ਇਸ ਤਰੀਕੇ ਨਾਲ ਇਹਨੂੰ ਆਪਾਂ ਦੋਨੇ ਪਾਸੋਂ ਜੀ ਇਸ ਤਰੀਕੇ ਨਾਲ ਮੋੜ ਲੈਣਾ ਇਸ ਤਰੀਕੇ ਨਾਲ ਫੋਲਡ ਕਰਕੇ ਉਸ ਤੋਂ ਬਾਅਦ ਇੱਕ ਤਾਗੇ ਨਾਲ ਇਹਨੂੰ ਆਪਾਂ ਬੰਨ ਲੈਣਾ ਇਸ ਤਰੀਕੇ ਦੀਆਂ ਆਪਾਂ ਗੁੱਟੀਆਂ ਜੀਆਂ ਤਿਆਰ ਕਰਾਂਗੇ ਜੀ ਇਸ ਤਰੀਕੇ ਦੀਆਂ ਠੀਕ ਹੈ ਆ ਜਿੰਨਾ ਵੀ ਆਪਣੇ ਕੋਲੇ ਮਟੀਰੀਅਲ ਪਿਆ ਸਾਰੇ ਦੀ ਆਪਾਂ ਗੁੱਟੀਆਂ ਤਿਆਰ ਕਰ ਦਾਂਗੇ ਇਸ ਤਰੀਕੇ ਨਾਲ ਇਸ ਤੋਂ ਬਾਅਦ ਇਹਨਾਂ ਨੂੰ ਕਿੱਥੇ ਵਰਤਾਂਗੇ ਕਿਵੇਂ ਵਰਤਾਂਗੇ ਉਹ ਤੁਹਾਨੂੰ ਦੱਸ ਦਾਂਗੇ ਸਾਰਾ ਸਮਾਨ ਪਰ ਤੁਹਾਡੇ ਕਰ ਅਵੇਲੇਬਲ ਹੈ ਤੁਹਾਨੂੰ ਕਿਤੋਂ ਕੁਝ ਨਹੀਂ ਲੈ ਕੇ ਆਉਣ ਦੀ ਲੋੜ ਆਹ ਕ ਕੰਮ ਕਰਦੀਆਂ ਨੇ ਚਲਾਉਣ ਦੇ ਆਪਣੇ ਘਰੇ ਪਈਆਂ ਹੁੰਦੀਆਂ ਨੇ ਠੀਕ ਹੈ ਸਾਰੇ ਤਾਗਿਆਂ ਨੂੰ ਚੰਗੇ ਤਰੀਕੇ ਨਾਲ ਆਪਾਂ ਕੱਟ ਕੇ ਤਿਆਰ ਕਰਕੇ ਉਹ ਗੁੱਟੀਆਂ ਜਿਹਨਾਂ ਦੀ ਆਪਾਂ ਤਿਆਰ ਕਰ ਲੈਨੇ ਆ ਇਸ ਤੋਂ ਬਾਅਦ ਚਾਹੀਦਾ ਜੀ ਆਪਾਂ ਨੇ ਘਰੇ ਪਾਉਣ ਵਾਲਾ ਗੱਟਾ ਇਹਨੂੰ ਆਪਾਂ ਗੋਲ ਸ਼ੇਪ ਦੇ ਵਿੱਚ ਕੱਟਣਾ ਹੈ ਇਸ ਸਾਈਜ਼ ਦਾ ਕੱਟ ਲਿਓ ਘੱਟੋ ਘੱਟ ਜਿਹੜੇ ਆਪਣੇ ਆ ਬਰੇਤੀ ਜੀ ਛੰਨਣ ਵਾਲੇ ਆਪਣੇ ਘਰੇਆਂ ਸੱਜ ਜੀ ਪਈ ਹੁੰਦੇ ਨੇ ਜਾਂ ਕੋਈ ਪ੍ਰਾਂਤ ਰੱਖ ਲਿਓ ਇਹਦੀ ਸਾਈਜ਼ ਦਾ ਆਪਾਂ ਨੇ ਕੱਟ ਕੇ ਗੋਲ-ਗੋਲਕਾਰ ਦਾ ਬਣਾ ਲੈਣਾ ਇਸ ਤੋਂ ਬਾਅਦ ਆਪਾਂ ਨੂੰ ਜੀ ਇੱਕ ਫੈਵੀ ਕੋਕੀ ਦਾ ਚਾਹੀਦਾ ਵਧੀਆ ਤਰੀਕੇ ਦਾ ਲੈ ਆਓ ਠੀਕ ਹੈ ਆਪਣੇ ਘਰੇਆਂ ਵੀ ਇਹ ਬਚੇ ਪਈ ਹੁੰਦੇ ਨੇ ਕਿਉਂ ਟੂਟੀਆਂ ਵਗੈਰਾ ਦੀ ਆਪਾਂ ਫੀਟਿੰਗ ਕਰਦੇ ਹਾਂ ਉਹਦੇ ਨਾਲ ਜਿਹੜੀਆਂ ਆਪਾਂ ਰਿਆਂ ਗੁੱਟੀਆਂ ਜੀਆਂ ਬਣਾਈਆਂ ਨੇ ਉਹਨਾਂ ਨੂੰ ਸਾਰੀਆਂ ਨੂੰ ਆਪਾਂ ਇਹਦੇ ਨਾਲ ਫਿਕਸ ਕਰ ਦੰਨੇ ਆ ਜਿਹੜਾ ਆਪਣਾ ਲਾ ਗੱਟਾ ਹੈ ਇਹਦੇ ਨਾਲ ਆਪਾਂ ਚੰਗੇ ਤਰੀਕੇ ਨਾਲ ਇਹਨੂੰ ਆਪਾਂ ਫਿਕਸ ਕਰ ਦਾਂਗੇ ਆਹ ਲ ਅਗੇ ਜੀ ਆਪਣੇ ਘਰੇ ਕੋਈ ਮਹਿਮਾਨ ਆਵੇ ਉਹ ਤੁਹਾਨੂੰ ਬਾਰੀ-ਬਾਰੀ ਪੁੱਛਦਾ ਰਹੇ ਵੀ ਯਾਰਾ ਜਿਗਾੜ ਤੁਸੀਂ ਤਿਆਰ ਕਿੱਥੋਂ ਕਰਵਾਏ ਕਿਵੇਂ ਹੋਊਗਾ ਕੀ ਇਹ ਤੇ ਖਰਚ ਆਇਆ ਵੀ ਅਸੀਂ ਵੀ ਇਹਨੂੰ ਤਿਆਰ ਕਰਵਾਉਣਾ ਠੀਕ ਹੈ ਆਹ ਲੋ ਜੀ ਪਹਿਲਾਂ ਸ਼ੇਪ ਦੇਖੋ ਤੁਸੀਂ ਕਿੰਨੀ ਜਿਆਦਾ ਸੋਹਣੀ ਬਣ ਗਈ ਯਾਰ ਦੇਖ ਕਿੰਨੀ ਜਿਆਦਾ ਸੋਹਣੀ ਬਣ ਗਈ ਇਹਨੂੰ ਆਪਾਂ ਵਰਤਾਂਗੇ ਜੀ ਘਰ ਦੇ ਬਾਹਰਲੇ ਪਾਸੇ ਹਾਂਜੀ ਆਪਾਂ ਘਰ ਦੇ ਬਾਹਰਲੇ ਪਾਸੇ ਵਰਤਾਂਗੇ ਜਿੱਥੇ ਆਪਾਂ ਉਹ ਪੈਰ ਜਿਹੇ ਝਾੜਨ ਵਾਲੇ ਕੋਈ 400 ਦਾ ਲਿਆ ਕਿ ਧਰ ਦਾ ਕੋਈ 500 ਦਾ ਫੇਰ ਵੀ ਉਹ ਕੰਮ ਨਹੀਂ ਕਰਦੇ ਫਟ ਜਾਂਦੇ ਨੇ ਖਰਾਬ ਹੋ ਜਾਂਦੇ ਨੇ ਰੇਤਾ ਵੀ ਉਹਨਾਂ ਨਾਲ ਅੰਦਰ ਜਾਂਦਾ ਪਰ ਇਹਦੇ ਨਾਲ ਨਾ ਤੁਹਾਡਾ ਰੇਤਾ ਅੰਦਰ ਜਾਂਦਾ ਨਾ ਗਿੱਲੇ ਪੈਰ ਅੰਦਰ ਜਾਂਦੇ ਇਹ ਖੱਦਰ ਦਾ ਕੱਟਾ ਜੀ ਪਾਣੀ ਨੂੰ ਬਾਲੀ ਛੇਤੀ ਸੁੱਕ ਲੈਂਦਾ ਲੋ ਜੀ ਤਿਆਰ ਹੋ ਗਿਆ ਜੀ ਸ਼ੇਪ ਦੇਖੋ ਪਹਿਲਾਂ ਤੁਸੀਂ ਕਿੰਨੀ ਜਿਆਦੇ ਸੋਹਣੀ ਹੈ ਕਿਤੇ ਦਫ਼ਤਰ ਦੇ ਵਿੱਚ ਫੈਕਟਰੀ ਦੇ ਵਿੱਚ ਦੁਕਾਨ 'ਚ ਕਿਤੇ ਵੀ ਤੁਸੀਂ ਇਹਨੂੰ ਮਕਾਨ ਦੇ ਅੱਗੇ ਕਿਤੇ ਵੀ ਕਿਸੇ ਰੂਮ ਦੇ ਅੱਗੇ ਕਿਤੇ ਵੀ ਤੁਸੀਂ ਰੱਖਣਾ ਉਹਨੂੰ ਰੱਖ ਦਿਓ ਠੀਕ ਹੈ ਇੱਥੇ ਆ ਆਪਾਂ ਗਿੱਲਿਆਂ ਨੂੰ ਸੁਕਾ ਵੀ ਸਕਦੇ ਆ ਚੱਪਲਾਂ ਨੂੰ ਵੀ ਇਹਦੇ ਉੱਤੇ ਆਪਾਂ ਰੱਖ ਕੇ ਸੁਕਾ ਸਕਦੇ ਆ ਆਰਾਮ ਨਾਲ ਆਪਦਾ ਅੰਦਰ ਜਾਵਾਂਗੇ ਨਾ ਰੇਤਾ ਅੰਦਰ ਜਾਣਾ ਨਾ ਗਿੱਲੇ ਪੈਰ ਵੀਡੀਓ ਸ਼ੇਅਰ ਕਰਦੇ